कॉल पर दरबार पेशी खिदमत है। गलत तरीका है, को मानना शिरक है। ਇਹਦੇ ਤੇ ਸਵਾਰੀਆਂ ਕਿਹੜੀਆਂ ਬੈਂਦੀਆਂ ਹੋਣ? ਪਤਾ ਨਹੀਂ, ਇਹ ਖਾਲੀ ਖਲੋਤਾ ਰਹਿੰਦਾ ਹੈ। ਆਪ ਆਪਕੋ ਦਰਬਾਰ ਦਿਖਾਤੇ। ਆਨਲਾਈਨ ਸਿਸਟਮ ਚੱਲ ਚੁਕੇ ਹੈ। ਦਰਬਾਰ ਦਾ ਟਾਇਰ ਪੈਂਚਰ ਹੋ ਗਿਆ ਹੈ। ਅੰਦਰ ਪੂਰਾ ਪੂਰਾ ਬਿਸਤਰ ਹੀ ਲਗਾ ਹੋਇਆ ਹੈ। ਮੈਨੂੰ ਲੱਗਦਾ ਬਾਬਾ ਜੀ ਸੌਂਦੇ ਵੀ ਇਹਦੇ ਵਿੱਚ ਹੀ ਨੇ। ਇਹ ਅੰਦਰ ਤਸਵੀਰਾਂ ਹੈ, ਚਾਦਰਾਂ ਹੈ, ਕੁੱਲ ਵਾਲੀ ਔਰ ਉਨ੍ਹਾਂ ਦਾ ਕਹਿਣਾ ਹੈ ਕਿ ਦਰਬਾਰ ਹੈ ਪੂਰਾ ਮੰਨਤ ਕੀ। ਕਦੋਂ ਤੋਂ ਬਣਾਇਆ ਹੋਇਆ ਜੇ? ਰਕਸ਼ਾ ਨੂੰ 25-30 ਸਾਲ ਹੋ ਜਾਣੇ। ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਇਹ ਬੜਾ ਗਲਤ ਹੋਏਗਾ? ਇਹ ਮੇਰਾ ਮਕਸਦ ਸਾਡੇ ਆਪਣੇ ਦਿਲ ਦੀ ਗੱਲ ਹੈ, ਅਸੀਂ ਜੋ ਮਰਜ਼ੀ ਕਰੀਏ ਸਾਡੀ ਇਛਾ ਹੈ। ਫਿਰ ਤਾਂ ਦਰਬਾਰ ਹੈ। ਅਸਲਾਮ ਅਲੈਕੁਮ ਚਾਚੂ। ਅਸਲਾਮ। ਇਹ ਚਾਚੂ ਕਿੰਨੀਆਂ ਕੁ ਮੰਨਤਾਂ ਮੰਗੀਆਂ ਜੀ ਅਦਰ? ਅਸੀਂ ਤੇ ਮੰਨਦੇ ਹੋਏਗਾ ਇਹ ਮੰਨਤਾਂ। ਉਹ ਬਾਬੇ ਦਾ ਰਕਸ਼ਾ ਹੈ। ਤੁਸੀਂ ਕਦੀ ਰੋਕਿਆ ਨਹੀਂ ਹੈ ਕਿ ਚਲਦਾ ਫਿਰ ਹੁਣ ਦਰਬਾਰ ਵੀ ਆਨਲਾਈਨ ਹੋ ਗਏ ਨੇ? ਬਸ ਇਹੋ ਹੀ ਹਿਸਾਬ ਹੈ। ਹੈ? ਇਹੋ ਹੀ ਹਿਸਾਬ ਲਾਇਆ ਇਹਨਾਂ ਨੇ। ਮੈਨੇ ਸੁਣਾ ਤਾਂ ਫੂਡ ਪਾਂਡਾ ਹੈ, ਡਿਲੀਵਰੀ ਵਾਲੇ ਆਤੇ ਹੈ, ਪੀਜ਼ਾ ਵਗੈਰਾ ਦੇਨੇ। ਆਪ ਦਰਬਾਰ ਵਾਲੇ ਵੀ ਆਪ ਲੋਗੋ ਕੇ ਘਰੋਂ ਤੱਕ ਆਏਗੇ। ਇਹ ਫੋਨ ਕਾਲ ਪਰ ਦਰਬਾਰ ਪੇਸ਼ੀ ਖਿਦਮਤ ਹੈ। ਗਲਤ ਤਰੀਕਾ ਹੈ। ਹਾਂ। ਇਹ ਹੀ ਗਲਤ ਹੈ। ਦੇਖੇ ਆਪ। ਇਸਕੋ ਮਾਨਨਾ ਸ਼ਿਰਕ ਹੈ। ਸ਼ਿਰਕ ਹੈ। ਚਾਦਰੇ ਬੰਦੀ ਹੋਈਆਂ ਕਹਤੇ ਮੰਨਤ ਕੀ ਹੈ ਸਾਰੀ? ਮੰਨਤ ਕਿਸ ਕੀ ਜੀ? ਇਹ ਹੁਣ ਉਹਨਾਂ ਨੂੰ ਪਤਾ ਹੋਵੇ ਇਹਦੇ ਤੇ ਸਵਾਰੀਆਂ ਕਿਹੜੀਆਂ ਬੈਂਦੀਆਂ ਹੋਣਗੀਆਂ। ਪਤਾ ਨਹੀਂ, ਇਹ ਖਾਲੀ ਖਲੋਤਾ ਰਹਿੰਦਾ ਹੈ। रोजगार के लिए तो इस्तेमाल नहीं। एनजी रोजगार लगा हुआ है। चादर बनते बैठा बाबे के पास जाना कोई मुनासिब नहीं है। अच्छा, ये आप आपको दरबार दिखाते हैं। ये आपके डोर टू डोर वाला दरबार है। ऑनलाइन सिस्टम चल चुके हैं। ये रिक्शा है। दरबार का टायर पंचर हो गया है, तो जो इसका वो है, जो भी इसको चला रहा है, वो करवा रहा है। अब अंदर के इनको हालात दिखाएं जरा। अंदर पूरा पूरा बिस्तर ही लगा हुआ है। मुझे लगता है बाबा जी सौंदे भी इनके बीच ही ने। कोई घर बार नहीं है मैंने लगता है। नहीं नहीं यार, ये मजेदार है, ये वैसे खड़ा हुआ है बाबा जी। अच्छा, मेन इनका का ठिकाना है हो ये? ਇਹਤੇ ਚੌਂਕ ਤੇ ਖਲੋਤੇ ਰਹਿੰਦੇ ਨੇ ਜ਼ਿਆਦਾ ਹੈ ਹੋਟਲ ਦੇ ਕੋਲ ਤੇ ਫਿਰਦੇ ਨੇ ਸਾਰਾ ਦਿਨ ਫਿਰਦੇ ਨੇ ਬਸ ਇਸ ਤਰ੍ਹਾਂ ਸਾਰਾ ਦਿਨ ਲੈ ਕੇ ਫਿਰਦੇ ਨੇ ਤੇ ਬਾਹਰ ਦਿਖਾਓ ਜ਼ਰਾ ਇਹ ਪੂਰਾ ਵਿਜ਼ਿਟ ਕਰਵਾਓ ਜ਼ਰਾ ਇਹ ਅੰਦਰ ਤਸਵੀਰਾਂ ਹੈ ਚਾਦਰਾਂ ਹੈ ਕੁੱਲ ਵਾਲੀ ਔਰ ਉਨ੍ਹਾਂ ਦਾ ਕਹਿਣਾ ਹੈ ਕਿ ਦਰਬਾਰ ਹੈ ਪੂਰਾ ਮੰਨਤ ਕੀ ਚਾਦਰਾਂ ਹੈ ਲੋਕ ਮੰਨਤ ਕੀ ਚਾਦਰਾਂ ਜਿਸ ਕੀ ਮੰਨਤ ਪੂਰੀ ਹੋਤੀ ਹੈ ਉਹ ਬਾਬਾ ਜੀ ਕੇ ਪਾਸ ਆ ਰਹਾ ਥਾ ਯਾ ਬਾਬਾ ਜੀ ਕੇ ਰਿਕਸ਼ੇ ਮੇ ਵੋ ਬਾਬਾ ਜੀ ਰਿਕਸ਼ਾ ਲੈ ਕੇ ਖੁਦ ਹੀ ਉਸਕੇ ਪਾਸ ਚਲੇ ਜਾਤੇ ਹੋਣਗੇ और ये जो दरबार है अब आप लोगों की रसाई यहाँ तक भी पहुँच जाया करेगी। वैसे ये हम लोगों के लिए शर्म की बात है। इसमें मैं जानबूझ कर बाबा जी के साथ ये सब थोड़ा कर रही हूँ, लेकिन ये बहुत गलत चीज़ है जिसके ऊपर हम लोगों के ईमान इतने कमज़ोर हैं कि हम लोग एक रिक्शे के ऊपर मन्नत की चादरें, एक रिक्शे के ऊपर जिसका हम लोगों को साफ पता है कि रिक्शा है, इसके ऊपर हम लोग मन्नतें मांग रहे हैं और चादरें चढ़ा रहे हैं। कौन सी इस रिक्शे में ऐसी खास बात है? एक लोहे का रिक्शा और उसके ऊपर हम लोगों ने अपनी मन्नतें मुरादें शुरू की हुई हैं। और ये देखें कोई स्पेसिफिक किसी इवेंट के लिए इस तरह तैयार किया हो तो समझ में आता भी है। बाबा जी टायर पंचर हो गया दरबार का है? ऐ क्यों होया बाबा जी? कदों तो बनाया होया जी? कह रहे ने 2 साल हो गए ने ए रिक्शा। ਦਰਬਾਰੋਂ ਬਾਬਾ ਜੀ ਤੁਹਾਨੂੰ ਨਹੀਂ ਲੱਗਦਾ ਇਹ ਬੜਾ ਗਲਤ ਹੈਗਾ? ਮਤਲਬ ਕੋਈ ਗਲਤ ਨਹੀਂ ਹੈਗਾ। ਸ਼ੁਰੂ ਕਰ ਦਿੱਤਾ ਹੋਇਆ ਹੈ ਕਾਦਾ ਦਰਬਾਰ? ਫਿਰ ਦਰਬਾਰ ਜਿਹੜੇ ਮੇਨ ਦਰਬਾਰ ਨੇ ਉਹਨਾਂ ਨੂੰ ਲੋਕੀ ਛੱਡਦੇ ਮਨ ਫਿਰ ਰਿਕਸ਼ੇ ਵਗੈਰਾ ਤੇ ਆ ਕੇ ਮੰਨਤਾਂ। ਮੇਰਾ ਮਕਸਦ ਸਾਡੇ ਆਪਣੇ ਦਿਲ ਦੀ ਗੱਲ ਹੈ, ਅਸੀਂ ਜੋ ਮਰਜ਼ੀ ਕਰੀਏ ਸਾਡੀ ਇਛਾ ਹੈ। ਤੁਹਾਡੇ ਘਰ ਦੇ ਕਿੱਥੇ ਨੇ ਬਾਬਾ? ਨਹੀਂ ਕੋਈ ਘਰ ਬਾਹਰ ਨਹੀਂ। ਕਿੱਥੇ ਨੇ ਘਰ ਦੇ? ਨਹੀਂ ਕੋਈ ਨਹੀਂ। ਬੀਵੀ ਬੱਚੇ ਕੋਈ ਨਹੀਂ ਹੈਗੇ? ਹੈਗੇ ਨੇ, ਛੱਡ ਦਿੱਤੇ ਨੇ। ਕਿਉਂ? ਬਸ ਛੱਡ ਦਿੱਤੇ ਨੇ ਸਾਡੇ। ਕੀ ਵਜ੍ਹਾ ਬਣੀ ਹੈ? ਬਸ ਵਜ੍ਹਾ ਬਣ ਗਈ, ਛੱਡ ਦਿੱਤੇ ਨੇ, ਦਫਾ ਕਰੋ ਬਸ। ਸਿਰਫ ਹੁਣ ਇਕੱਲੇ ਰਹਿ ਗਏ? ਹਾਂ ਇਕੱਲੇ ਰਹਿ ਗਏ। ਤੇ ਤੁਹਾਡੀ ਜ਼ਿੰਦਗੀ ਤੋਂ ਬਾਅਦ ਇਸ ਰਿਕਸ਼ੇ ਦਾ ਕੀ ਕਰਨਾ? ਕਿਸੇ ਨੂੰ ਰਿਕਸ਼ਾ ਅੱਲਾ ਦੇ ਨਾਂ ਤੇ ਦੇ ਦੇਵਾਂਗੇ ਕਿਸੇ ਮਾਰੇ ਬੰਦਿਆਂ ਨੂੰ, ਹੋਰ ਕੀ ਕਰਨਾ? ਇਹ ਦਰਬਾਰ ਫੇਰ ਵੀ ਕਾਇਮ ਰਹੇਗਾ ਕਿ ਉਹਨੂੰ ਵਸੀਅਤ ਕਰ ਦੋਗੇ ਕਿ ਲਾ ਦੇਵੇ ਚੀਜ਼ਾਂ? ਹੈ? ਲਾ ਦੇਗਾ ਜਦੋਂ ਮਰਾਂਗੇ ਅਸੀਂ, ਆਪੇ ਲਾ ਦੇਗਾ। ਤੁਹਾਡੇ ਆਉਂਦਿਆਂ ਨਹੀਂ ਲੈਣੀਆਂ? ਨਹੀਂ।
सारे कुछ लैके जाना, कोई नहीं रोकता मैनू। अच्छा मोटरवे पे मुमकिन है कि ए मोटरवे पे रिक्शा चला जाता है? ਬਾਬੇ ਹੁਣਾਂ ਦਾ ਰਿਕਸ਼ਾ ਚਲਾ ਜਾਏਗਾ ਕੀ ਕੋਈ ਤੇ ਜੱਲੀ ਹੁੰਦੇ ਗਾਇਬ ਹੋ ਜਾਂਦਾ ਮੋਟਰਵੇ ਤੇ ਜਾ ਕੇ ਮੋਟਰਵੇ ਤੇ ਰਿਕਸ਼ਾ ਲਾਓ ਨਹੀਂ ਮੋਟਰਵੇ ਤੇ ਗੱਡੀਆਂ ਜਾ ਜਾਂਦੀਆਂ ਰਿਕਸ਼ਾ ਨਹੀਂ ਜਾ ਸਕਦਾ ਬਾਬਾ ਜੀ ਲਾਓ ਨਹੀਂ ਹੈਗਾ ਰਿਕਸ਼ਾ ਜਾਣ ਦਿੰਦੇ ਨੇ ਅਗਲੇ ਨਹੀਂ ਰੋਕਦੇ ਬਾਬਾ ਜੀ ਦਾ ਕੌਨਫੀਡੈਂਸ ਚੈੱਕ ਕਰੇ ਕਦੀ ਵੇਖਿਆ ਹੋਵੇ ਤੁਸੀਂ ਮੋਟਰਵੇ ਤੇ ਸਾਹਮਣੇ ਤੁਸੀਂ ਕੋਈ ਮੰਨਤ ਵਗੈਰਾ ਨਹੀਂ ਮੰਨੀ ਜਾਂਦੇ ਤੇ ਅਸਾਂ ਤੇ ਨਹੀਂ ਮੰਨੀ ਬਾਬਾ ਜੀ ਨੂੰ ਗੁੱਸਾ ਆ ਜਾਣਾ ਹੈ ਹਸੀ ਵਾਲੀ ਗੱਲ ਨਹੀਂ ਹੈਗੀ ਸ਼ੇਰ ਕਹਿਣਾ ਨਹੀਂ ਤੇ ਤੁਸੀਂ ਬਾਬਾ ਜੀ ਸਮਝਾਉਂਦੇ ਬਿਨਾਂ ਤੁਸੀਂ ਹੱਸਦੇ ਪਏ ਹੋ ਹੁਣ ਕੀ ਸਮਝਾਉਣਾ 50 ਸਾਲ ਤੋਂ ਬਾਅਦ ਉਂਝ ਕਿਹਨੂੰ ਨਹੀਂ ਸਮਝਾਇਆ ਜਾਂਦਾ ਉਹ ਤਾਂ ਆਪਣੇ ਜ਼ਿਹਨ ਹੁੰਦਾ ਹੈ ਨਹੀਂ ਉਹਨਾਂ ਨੂੰ ਤਾਂ 25 ਸਾਲ ਹੋ ਗਏ ਨੇ ਚਲਾਉਂਦੇ ਮਤਲਬ ਉਸ ਟਾਈਮ ਉਹਨਾਂ ਦੀ ਉਮਰ 25 ਸਾਲ ਹੋਏਗੀ ਉਹ ਬਾਬੇ ਨੇ ਹਿੱਲੇ ਹੋਏ ਨੇ ਥੋੜੇ ਜਿਹੇ ਹੋਰ ਗੱਲ ਕੋਈ ਨਹੀਂ ਇਹ ਅੱਜ ਕੋਈ ਮੇਰੀ ਨਵੀਂ ਫਿਲਮ ਬਣੀ ਹੈ ਪੂਰੀ ਦੁਨੀਆ ਦੇ ਫਿਲਮ ਗਈਆਂ ਨੇ ਯਾਰ ਇਹ ਕਿੰਨੇ ਪੈਨੋਂ ਮਾ ਬਣਾ ਦਿੰਦੇ ਨੇ ਫਿਲਮ ਨੂੰ ਛੱਡੋ ਤੁਸੀਂ ਰਿਕਸ਼ਾ ਮੋਟਰਵੇ ਤੇ ਲੈ ਗਏ ਤੇ ਫਿਲਮ ਤੇ ਬੜੀ ਦੂਰ ਦੀ ਗੱਲ ਹੈਗੀ ਹੈ ਤੇ ਸਾਡੇ ਦੇ ਬਸ ਹਾਂ ਬਾਬਾ ਜੀ ਇਹ ਸਾਰੇ ਕਹਿ ਰਹੇ ਨੇ ਸ਼ਿਰਕ ਹੈਗਾ ਵੇ ਬਿਲਕੁਲ ਅੱਛਾ ਇਹਨਾਂ ਨੂੰ ਜਵਾਬ ਦੇਵਾਂ ਮੈਂ ਤੇ ਕੋਈ ਲੈਣ ਮੈਨੂੰ ਜੋ ਮਰਜ਼ੀ ਕੋਈ ਕਹਿੰਦਾ ਕਹੀ ਜਾਵੇ ਮੈਂ ਤਾਂ ਆਪਣੀ ਮਰਜ਼ੀ ਹੈ अच्छा बाबा जी की अपनी मर्जी है सबको यहाँ पे मौजूद लोगों को पता है कि शिर क्या गलत चीज है हम लोगों का ईमान इतने कमजोर है जो लोग यहाँ तक आते हैं जो लोग यहाँ पर मन्नतें मांगते हैं और इस रिक्शे के ऊपर चादर वगैरह चढ़ाते हैं कि बाबा जी किसी दरबार तक पहुँचा देंगे उन लोगों के लिए शर्म की बात है अपने अकीदों को मजबूत करें मुझे दें इजाजत अल्लाह हाफिज़।